ਇਹ ਹੈ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ। ਹੁਣ ਇਹ ਪਿੱਛੇ ਜੇ ਇਹਨਾਂ ਦਾ ਵਿਆਹ ਹੋਇਆ, ਇਹਨਾਂ ਦੀ ਆਪਸ 'ਚ ਇਕੁਏਸ਼ਨ ਕਿੱਦਾਂ ਦੀ ਹੈ ਆਪਾਂ ਨੂੰ ਪਤਾ ਨਹੀਂ, ਪਰ ਵਧੀਆ ਹੀ ਆਊਗੀ। ਪਰ ਆਓ 10th ਕਲਾਸ ਦੀ ਕੁਆਡ੍ਰੈਟਿਕ ਇਕੁਏਸ਼ਨ ਕਿੱਦਾਂ ਦੀ ਹੈ ਉਹ ਦੇਖੀਏ। ਸਮੀਕਰਨ ਦੀ ਐਕਸਰਸਾਈਜ਼ ਨੰਬਰ 4.4 ਦਾ ਪਹਿਲਾ ਕੁਐਸਚਨ ਕਰੋ। ਕੁਐਸਚਨ ਕੀ ਹੈ ਕਿ ਦੋ ਘਾਤੀ ਸਮੀਕਰਨਾਂ ਦੇ ਮੂਲਾਂ ਦੀ ਪ੍ਰਕਿਰਤੀ ਪਤਾ ਲਗਾਓ। ਮਤਲਬ ਕੀ ਹੈ ਕਿ ਜਿਹੜੇ ਇਹ ਰਕਮ ਹੈ ਇਹਦਾ ਜਿਹੜਾ ਜਵਾਬ ਆਊਗਾ ਮੂਲ ਆਣਗੇ ਉਹ ਕਿੱਦਾਂ ਦਾ ਹੋਊਗਾ। ਜਿਵੇਂ ਆਪਾਂ ਤੁਹਾਡੇ ਸੁਭਾਅ ਦੀ ਗੱਲ ਕਰਦੇ ਕਿ ਤੁਹਾਡਾ ਕੋਈ ਜਿੱਦੀ ਹੈ, ਕੋਈ ਲੜਾਕਾ ਹੈ, ਕੋਈ ਚੰਗਾ ਬੱਚਾ, ਕੋਈ ਸ਼ਾਂਤੀ ਪ੍ਰੀਏ ਬੱਚਾ, ਆਪਾਂ ਇੱਕ ਨੇਚਰ ਸੁਭਾਅ ਦੀ ਗੱਲ ਕਰਦੇ ਹਾਂ ਨਾ, ਉਵੇਂ ਇਹਦੇ ਚ ਇਹਨਾਂ ਦਾ ਜਿਹੜਾ ਜਵਾਬ ਆਊਗਾ ਉਹ ਦੱਸਣਾ ਕਿ ਕਿਸ ਤਰ੍ਹਾਂ ਦਾ ਹੈਗਾ। ਉਹਦੇ ਲਈ ਆਪਾਂ ਪਹਿਲਾਂ ਇੱਕ ਚੀਜ਼ ਕੱਢਾਂਗੇ, ਫਾਰਮੂਲਾ ਲਾਵਾਂਗੇ, ਉਹਨੂੰ ਕਹਿੰਦੇ ਆ ਡਿਸਕ੍ਰਿਮੀਨੈਂਟ। ਕੀ ਕਹਿੰਦੇ ਆ? ਡਿਸਕ੍ਰਿਮੀਨੈਂਟ। ਪੰਜਾਬੀ ਚ ਵੀ ਡਿਸਕ੍ਰਿਮੀਨੈਂਟ ਹੀ ਬੋਲਦੇ ਆ, ਇੰਗਲਿਸ਼ ਚ ਵੀ ਡਿਸਕ੍ਰਿਮੀਨੈਂਟ ਬੋਲਦੇ ਆ। ਠੀਕ ਹੈ ਜੀ, ਉਸ ਡਿਸਕ੍ਰਿਮੀਨੈਂਟ ਦਾ ਜੋ ਜਵਾਬ ਆਊਗਾ ਉਸ ਹਿਸਾਬ ਤੇ ਇੱਕ ਇੱਕ ਲਾਈਨ ਲਿਖੀ ਜਾਊਗੀ ਕਿ ਕੀ ਉਹਦੀ ਨੇਚਰ। ਠੀਕ ਹੈ, ਬਹੁਤ ਹੀ ਸੌਖਾ। ਡਿਸਕ੍ਰਿਮੀਨੈਂਟ ਪੰਜਾਬੀ ਚ ਵੀ ਲਿਖ ਦਿੰਦੀ ਹੈ ਡਿਸਕ੍ਰਿਮੀਨੈਂਟ। ਹੁਣ ਇਹ ਡਿਸਕ੍ਰਿਮੀਨੈਂਟ ਡੀ ਤੋਂ ਸ਼ੁਰੂ ਹੁੰਦਾ ਹੈ, ਇਸ ਕਰਕੇ ਇਹਨੂੰ ਡੀ ਨਾਲ ਲਿਖਦੇ ਆ। ਫਾਰਮੂਲਾ ਡੀ ਬਰਾਬਰ ਫਾਰਮੂਲਾ ਕੀ ਹੈ, ਬੀ ਦੀ ਘਾਤ 2 ਮਾਈਨਸ 4 ਏ ਸੀ। ਡਿਸਕ੍ਰਿਮੀਨੈਂਟ ਪੰਜਾਬੀ ਚ ਲਿਖਣ ਦੀ ਲੋੜ ਨਹੀਂ, ਸਿੰਪਲ ਡੀ ਲਿਖੋ ਬਰਾਬਰ ਬੀ ਦੀ ਘਾਤ 2 ਮਾਈਨਸ 4 ਏ ਸੀ। ਹੁਣ ਇਹ ਏ ਬੀ ਸੀ ਕਿਹੜੇ ਹੈ, ਆਹ ਰਕਮ ਦਿੱਤੀ। ਆਪਾਂ ਕੱਲ ਦੋ ਘਾਤੀ ਸਮੀਕਰਨ ਦੀ ਗੱਲ ਕੀਤੀ ਸੀ ਨਾ, ਹੁਣ ਪਹਿਲਾਂ ਮੈਨੂੰ ਹੱਥ ਖੜੇ ਕਰਕੇ ਦੱਸੋ ਕਿ ਆਹ ਰਕਮ ਦੋ ਘਾਤੀ ਹੈਗੀ ਹੈ। ਵੈਰੀ ਗੁੱਡ, ਕਿਉਂਕਿ ਐਕਸ ਦੇ ਸਿਰ ਤੇ ਸਭ ਤੋਂ ਵੱਡਾ ਨੰਬਰ ਕੀ ਹੈ, 2, ਤਾਂ ਇਹ 2 ਘਾਤੀ ਹੈ। ਹੁਣ ਜੋ ਮੈਂ ਗੱਲ ਕਹਿਣ ਲੱਗੀ ਹੈ ਕਿ ਏ ਬੀ ਸੀ ਆ ਫਾਰਮੂਲੇ ਚ ਏ ਬੀ ਸੀ ਵਰਤੇ ਗਏ ਆ ਨਾ, ਤਾਂ ਉਹ ਕਿਹਨੂੰ ਏ ਕਹਿਣਾ, ਕਿਹਨੂੰ ਬੀ ਤੇ ਕਿਹਨੂੰ ਸੀ। ਐਕਸ ਦੀ ਘਾਤ 2 ਦੇ ਨਾਲ ਵਾਲਾ ਜੋ ਨੰਬਰ ਲਿਖਿਆ ਹੋਊਗਾ ਤੇ ਨਿਸ਼ਾਨ, ਉਹਨੂੰ ਏ ਕਹਿਣਾ। ਐਕਸ ਦੇ ਨਾਲ ਵਾਲਾ ਨੰਬਰ ਦੇ ਨਿਸ਼ਾਨ ਬੀ, ਤੇ ਬਿਨਾ ਐਕਸ ਵਾਲਾ, ਬਿਨਾ ਵੇਰੀਏਬਲ ਵਾਲਾ, ਬਿਨਾ ਅੰਗਰੇਜ਼ੀ ਅੱਖਰ ਵਾਲੇ ਨੂੰ ਕੀ ਕਹਿਣਾ, ਚਾਹੇ ਇੱਥੇ ਲਿਖ ਲਓ। ਏ ਬਰਾਬਰ ਕਿੰਨਾ ਹੋ ਗਿਆ, ਇਕੱਲਾ 2। 2 ਦਾ ਨਿਸ਼ਾਨ ਕਿਹੜਾ, ਪਲੱਸ। ਪਲੱਸ ਪਾਓ ਨਾ ਪਾਓ ਫਰਕ ਨਹੀਂ। ਬੀ ਦਾ ਕੀ ਰਕਮ ਆਇਆ, ਮਾਈਨਸ। ਮਾਈਨਸ ਜ਼ਰੂਰ ਨਾ ਚੱਕਣਾ, ਪਲੱਸ ਲਿਖੋ ਨਾ ਲਿਖੋ ਫਰਕ ਨਹੀਂ ਪੈਂਦਾ, ਮਾਈਨਸ ਛੱਡਣਾ ਨਹੀਂ। ਮਾਈਨਸ ਸੀ ਦਾ ਜਵਾਬ ਪਲੱਸ ਪਲੱਸ। ਠੀਕ ਹੈ, ਹੁਣ ਇੱਥੇ ਆਪਾਂ ਸਿਰਫ ਭਰਨਾ ਬੀ, ਬੀ ਦੀ ਜਗ੍ਹਾ ਕਿੰਨਾ ਭਰੂੰਗੀ, ਮਾਈਨਸ 3। ਬ੍ਰੈਕਟ ਪਾਉਂਗੀ ਸਿਰ ਤੇ, ਅੱਗੇ ਕੀ ਲਿਖੂੰਗੀ, ਅੱਗੇ ਅੱਗੇ ਮੁੱਲ 2, ਇਹ ਕਿੰਨਾ ਬਣ ਗਿਆ, ਇੱਥੇ ਦਾ ਕਹਿੰਦਾ 4 ਸੀ, ਤਾਂ ਇਸ ਵਿੱਚ ਕੋਈ ਨਿਸ਼ਾਨ ਗੁਣਾ। ਅੰਗਰੇਜ਼ੀ ਅੱਖਰ ਨਾਲ ਹਮੇਸ਼ਾ ਗੁਣਾ ਦੇ ਨਿਸ਼ਾਨ ਹੁੰਦੇ ਆ, ਪਾਓ ਨਾ ਪਾਓ ਫਰਕ ਨਹੀਂ ਪੈਂਦਾ। ਕਿਉਂ? ਕਿਉਂਕਿ 4 ਤੇ ਇਹ ਦੋਵੇਂ ਅਲੱਗ ਅਲੱਗ ਹੈ, ਉਹ ਨੰਬਰ ਆ, ਉਹ ਵੇਰੀਏਬਲ ਆ, ਫਰਕ ਨਹੀਂ ਪੈਂਦਾ। ਪਰ ਜਦੋਂ ਉਹਦਾ ਮੁੱਲ ਭਰਦੇ ਨੇ ਫੇਰ ਲਿਖਣਾ ਜ਼ਰੂਰ। ਹੁਣ ਇੱਥੇ ਫੇਰ ਗੁਣਾ ਸੀ ਦਾ ਮੁੱਲ, ਹੁਣ ਇਹਦੇ ਚ ਮਾਈਨਸ 3 ਦੀ ਪਾਵਰ ਕਿੰਨੀ ਹੈ, ਮਾਈਨਸ 3 ਨੂੰ ਕਿੰਨੀ ਵਾਰ ਲਿਖਣਾ, ਇੱਥੇ ਰਫ਼
ਹੁਣ ਆਪਾਂ ਸਵਾਲ ਚ ਟੀ ਕਿੰਨਾ ਆਇਆ ਸੀ ਮਾਈਨਸ 31 ਤਾਂ ਉਹਦੇ ਥੱਲੇ ਲਿਖਾਂਗੇ ਇਸ ਦੇ ਦੋ ਭਿੰਨ ਭਿੰਨ ਅਵਾਸਤਵਿਕ ਰੂਲ ਹਨ। ਸਮਝ ਲੱਗ ਗਈ ਪੱਕੀ ਗੱਲ ਹੈ? ਹਾਂਜੀ ਚਲੋ ਹੁਣ